ਕਿਤੇ ਤੁਹਾਨੂੰ ਕਿਹੜਾ ਗਾਣਾ ਚੰਗਾ ਲੱਗਦਾ ਕਿਹੜਾ ਨਹੀਂ ਚੰਗਾ ਲੱਗਦਾ। ਔਰ ਜਿਹੜੇ ਗਾਣੇ ਜ਼ੁਬਾਨ ਦੇ ਤੁਸੀਂ ਗਾਉਂਦੇ ਆ ਜਾਂ ਗੁਣਗੁਣਾਉਂਦੇ ਜਾਂ ਡਰਾਈਵ ਕਰਦੇ ਗੁਣਗੁਣਾਉਂਦੇ ਆ ਤਾਂ ਅਸੀਂ ਅੱਛੇ ਗਾਣੇ ਗੁਣਗੁਣਾਉਂਦੇ ਆ ਕਿਉਂਕਿ ਸਾਡੇ ਨਾਲ ਫੈਮਿਲੀ ਬੈਠੀ ਹੁੰਦੀ ਹੈ ਜਾਂ ਸਾਡੇ ਦੋਸਤ ਮਿੱਤਰ ਬੈਠੇ ਹੁੰਦੇ ਆ, ਕੋਈ ਅਸੀਂ ਇਸ ਤਰ੍ਹਾਂ ਦਾ ਗਾਣਾ ਗਾਉਂਦੇ ਨਹੀਂ ਜਿਹਦਾ ਕੋਈ ਤੁੱਕ ਨਾ ਬਣਦੀ ਹੋਵੇ। ਇਹ ਸਰਾਸਰ ਗਲਤ ਗੱਲ ਹੈ ਕਿ ਸਰੋਤੇ ਇਹੋ ਜਿਹੀ ਚੀਜ਼ ਪਸੰਦ ਕਰਦੇ। ਬਟ ਕੀ ਤੁਸੀਂ ਕਦੇ ਇਹ ਵੀ ਸੋਚਿਆ ਕਿ ਵੀ ਹੋ ਸਕਦਾ ਯੰਗ ਜਨਰੇਸ਼ਨ ਨੂੰ ਇਹ ਚੀਜ਼ ਪਸੰਦ ਆਉਂਦੀ ਹੋਵੇ, ਲਾਊਡ 뮤직 ਤੇ ਜਦੋਂ ਉਹਨਾਂ ਨੇ ਯੂ ਨੋ ਇੱਕ ਗਰੁੱਪ ਦੇ ਵਿੱਚ ਹੁੰਦੇ ਨੇ, ਕਾਲਜ ਫੰਕਸ਼ਨਸ ਹੋ ਗਏ, ਯੰਗ ਜਨਰੇਸ਼ਨ ਨੂੰ, ਬਟ ਹਾਂਜੀ ਯੰਗ ਜਨਰੇਸ਼ਨ ਨੂੰ ਬਰਗਰ ਚੰਗੇ ਲੱਗਦੇ ਆ, ਪੀਜ਼ਾ ਚੰਗੇ ਲੱਗਦੇ ਆ, ਪਰ ਉਹ ਰੋਜ਼ ਪੀਜ਼ਾ ਤਾਂ ਨਹੀਂ ਖਾਂਦੇ। ਉਹਨਾਂ ਦੀ ਭੁੱਖ ਜਿਹੜੀ ਮਿਟਦੀ ਆ ਉਹ ਤਾਂ ਘਰ ਦੀ ਰੋਟੀ ਦੇ ਨਾਲ ਮਿਟਦੀ ਹੈ ਨਾ, ਉਹ ਸਰੋਂ ਦੇ ਸਾਗ ਨਾਲ ਮਿਟਦੀ ਆ, ਉਹ ਮੂੰਗੀ ਦੀ ਦਾਲ ਦੇ ਨਾਲ ਮਿਟਦੀ ਹੈ, ਉਹ ਤਾਂ ਕਦੇ ਟੇਸਟਲੀ ਇੱਕ ਅੱਧਾ ਖਾ ਲੈਂਦੇ ਆ, ਪਰ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਕਿ ਬਰਗਰ ਕੀਤਾ ਸੀ। ਉਹ ਇੰਨਾ ਜ਼ਰੂਰ ਦੱਸਦੇ ਕਿ ਸਾਡੇ ਘਰੇ ਆਹ ਖਾਣਾ ਚੰਗਾ ਬਣਦਾ, ਫਲਾਂ ਬੰਦਾ ਆਹ ਖਾਣਾ ਚੰਗਾ ਬਣਾਉਂਦਾ, ਮੇਰੀ ਮਾਸੀ ਆਹ ਖਾਣਾ ਚੰਗਾ ਬਣਾਉਂਦੀ ਹੈ, ਚੰਗੇ ਦੀ ਤਾਰੀਫ ਕਰਦੇ, ਮਾੜੇ ਨੂੰ ਤਾਂ ਕਦੇ ਰਿਕਮੈਂਡ ਹੀ ਨਹੀਂ ਕਰਦੇ। ਆਤਮਜੀ ਜੀ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਆਪਾਂ ਪੰਜਾਬ ਵਿੱਚ ਰਹਿੰਦੇ ਆ, ਪੰਜਾਬੀ 'ਚ ਹੀ ਅਸੀਂ ਬਚਪਨ ਤੋਂ ਲੋਰੀਆਂ ਸੁਣੀਆਂ ਨੇ, ਕੋਈ ਕੀ ਕਹਿੰਦੇ ਨੇ ਮੁੱਕ ਜਾਂਦਾ ਤੇ ਪੰਜਾਬੀ 'ਚ ਹੀ ਵਹਿਣ ਪੈਂਦੇ ਨੇ, ਸਭ ਕੁਛ ਆਪਾਂ ਪੰਜਾਬੀ 'ਚ ਹੀ ਕਰਦੇ ਹਾਂ। ਫਿਰ ਇੱਕ ਜਿਹੜਾ ਇੱਕ ਨਵਾਂ ਕਲਚਰ ਇੱਕ ਜਿਹੜਾ ਚਲਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਤੁਸੀਂ ਇੰਗਲਿਸ਼ ਦੇ ਵਿੱਚ ਰੈਪ ਐਡ ਕੀਤਾ ਜਾਂਦਾ ਤੇ ਉਹ ਜਿਹੜਾ ਮਿਕਸ ਭਾਸ਼ਾ ਜਿਹੜੀ ਸ਼ੁਰੂ ਹੋ ਗਈ ਹੈ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੂਜੀ ਗੱਲ, ਐਲਬਮਸ ਦੇ ਟਾਈਟਲ ਵੀ ਇੰਗਲਿਸ਼ 'ਚ ਹੋਣੇ ਸ਼ੁਰੂ ਹੋ ਗਏ ਨੇ। ਜਦੋਂ ਅਸੀਂ ਸਾਰੇ ਕੱਪੜੇ ਅੰਗਰੇਜ਼ੀ ਪਾ ਰਹੇ ਹਾਂ, ਹਾਂਜੀ, ਜਦੋਂ ਸਾਡੇ ਟੇਬਲ ਸਾਰੇ ਅੰਗਰੇਜ਼ੀ ਹੋ ਗਿਆ, ਬਰਗਰ ਪੀਜ਼ੇ ਦੀ ਗੱਲ ਕਰ ਰਹੇ ਹਾਂ, ਭਾਸ਼ਾ ਜਿਹੜੀ ਆ ਉਹ ਚੈਨਲ ਦੇ ਵਿੱਚ ਵੀ ਅਸੀਂ ਜਿਹੜੀ ਬੋਲਦੇ ਹਾਂ ਉਹ 'ਚ ਵੀ ਅੰਗਰੇਜ਼ੀ ਮਿਕਸਡ ਹੈ। ਜਦੋਂ ਅਸੀਂ ਬਾਹਰ ਜਾਣਾ ਚਾਹੁੰਦੇ ਹਾਂ, ਹਰ ਦੂਜਾ ਬੰਦਾ ਸੌਣਾ ਚਾਹੁੰਦਾ ਹੈਗਾ, ਹੁਸ਼ਿਆਰਪੁਰ ਉੱਠਣਾ ਚਾਹੁੰਦਾ ਹੈਗਾ ਜਾ ਕੇ ਕੈਲੀਫੋਰਨੀਆ 'ਚ, ਤਾਂ ਤੁਸੀਂ ਅੰਗਰੇਜ਼ੀ ਨੂੰ ਅਵਾਇਡ ਨਹੀਂ ਕਰ ਸਕਦੇ। ਮਸਲਾ ਕੀ ਹੈ? ਆਰਫ ਲੋਹਾਰ ਨੇ ਇੱਕ ਜੁਗਨੀ ਗਾਈ ਹੈ, ਉਹ ਕਿਆ ਬਾਤ ਹੈ! ਮੈਂ ਕਹਿੰਦਾ ਸਾਰੇ ਪੰਜਾਬੀ ਨੂੰ ਸੁਣਾਓ ਜਾ ਕੇ, ਉਸਨੇ ਸਾਰੇ ਇੰਗਲਿਸ਼ ਮਾਹੌਲ ਦੇ ਵਿੱਚ ਸਾਰੇ ਓਰਕੈਸਟ੍ਰੇਸ਼ਨ ਕੀਤੀ ਹੈ, ਪੰਜਾਬੀ ਮਰਨ ਨਹੀਂ ਦਿੱਤੀ, ਮੈਂ ਤਾਂ ਉਹਦੇ ਅੱਗੇ ਸਿਰ ਝੁਕਾਉਣਾ, ਕਮਾਲ ਦਾ ਕੰਮ ਕੀਤਾ ਉਹਨੇ। ਪਰ ਮੇਰਾ ਖਿਆਲ ਹੈ ਜਸਰੀਨ ਜੀ, ਮਸਲਾ ਇੱਕ ਹੋਰ ਥਾਂ 'ਤੇ ਵੀ ਗਿਆ ਹੋਇਆ। ਅਸੀਂ ਗੀਤ ਦੀ ਗੱਲ ਕਰੀ ਜਾ ਰਹੇ ਹਾਂ, ਸੰਗੀਤ ਦੀ ਗੱਲ ਕਰੀ ਜਾ ਰਹੇ ਹਾਂ, ਅਸੀਂ ਆਡੀਅੰਸ ਦੀ ਗੱਲ ਵੀ ਕਰੀ ਜਾ ਰਹੇ ਹਾਂ, ਅਸੀਂ ਸਪੈਕਟੇਟਰ ਦੀ ਗੱਲ ਨਹੀਂ ਕਰ ਰਹੇ। ਗੱਲ ਗੀਤ ਸੰਗੀਤ ਵਾਲੀ ਚਲੇਗੀ ਸਾਰੀ ਵਿਜ਼ੂਅਲ ਦੇ ਉੱਤੇ। ਬਿਲਕੁਲ ਬਿਲਕੁਲ, ਗੀਤ ਸੰਗੀਤ ਜਿਹੜੇ ਨੇ ਦੋਇਮ ਨੇ, ਹਾਂਜੀ, ਸਾਰੀ ਗੱਲ ਵਿਜ਼ੂਅਲ ਤੇ ਚਲੀ ਗਈ ਹੈ। ਔਰ ਟ੍ਰੈਜਡੀ ਇਹ ਹੈ ਕਿ ਜਿਹੜਾ ਅਸੀਂ ਦ੍ਰਿਸ਼ ਦੇਖ ਰਹੇ ਹਾਂ, ਹਾਂਜੀ, ਉਸ ਦ੍ਰਿਸ਼ ਦਾ ਸਾਡੇ ਬਿਲਕੁਲ ਸ਼ਬਦ ਨਾਲ ਕੋਈ ਸੰਬੰਧ ਨਹੀਂ। ਬਿਲਕੁਲ, ਸ਼ਬਦ ਦਾ ਸੰਗੀਤ ਨਾਲ ਕੋਈ ਸੰਬੰਧ ਨਹੀਂ। ਉਹਨਾਂ ਦਾ ਅੱਛਾ, ਇਹਦਾ ਮਤਲਬ ਕਿ ਇੱਕ ਜੰਗਲ ਕ੍ਰੀਏਟ ਕਰਤਾ ਸੀ, ਹਾਂਜੀ, ਇੱਕ ਰੌਲਾ ਗੋਲਾ ਕ੍ਰੀਏਟ ਕਰਤਾ, ਇੱਕ ਐਸਾ ਦ੍ਰਿਸ਼ ਕ੍ਰੀਏਟ ਕਰਤਾ, ਕਨਫਿਊਜ਼ਨ ਕ੍ਰੀਏਟ ਕਰਤੀ, ਹਨੇਰਾ ਹੈ ਉਹਦੇ ਵਿੱਚ ਰੌਲਾ ਪੈ ਰਿਹਾ, ਉਹ ਜੋ ਤੁਸੀਂ ਕਰਨਾ ਕਰੀ ਚੱਲੋ। ਬਿਲਕੁਲ, ਅਸੀਂ ਉਸ ਜੰਗਲ ਵੱਲ ਵੱਧ ਰਹੇ ਹਾਂ। ਮੈਂ ਸ਼ੁਰੂ ਇਹ ਗੱਲ ਇੱਥੋਂ ਕੀਤੀ ਸੀ ਕਿ ਜਦ ਤੱਕ ਸਾਡੇ ਸਿਰ ਤੇ ਸੱਭਿਆਚਾਰਕ ਕੁੰਡਾ ਨਹੀਂ ਰਹੇਗਾ, ਕੁੰਡਾ ਕੌਣ ਲਾਊਗਾ? ਹਾਂ, ਦੈਟਸ ਅ ਗੁੱਡ ਕੁਐਸਚਨ। ਜੇ ਅਸੀਂ ਕਹੀਏ ਕਿ ਸਟੇਟ ਸੈਂਸਰ ਬਿਠਾ ਦੇਵੇ, ਮੈਂ ਪਹਿਲਾ ਬੰਦਾ ਹੋਵਾਂਗਾ ਜਿਹੜਾ ਇਹਦਾ ਵਿਰੋਧ ਕਰਾਂਗਾ। ਫਿਰ ਉਹ ਸੈਂਸਰ ਜਿਹੜਾ ਨਾ, ਉਹ ਅਮਰਦੀਪ ਗਿੱਲ ਦੇ ਉਹਨਾਂ ਗੀਤਾਂ 'ਤੇ ਲੱਗ ਜਾਂਦਾ ਜਿਹੜੇ ਬੜੇ ਚੰਗੇ ਭਰੇ ਆ। ਫਿਰ ਸਾਬਤ ਕਰਨ ਵਾਲਿਆਂ ਨੇ ਕਹਿਣਾ ਨਹੀਂ, ਇਹ ਗੀਤ ਤਾਂ ਗੰਦਾ ਹੈਗਾ, ਇਹਦੇ ਨਾਲ ਮਤਲਬ ਕੱਢਣ ਵਾਸਤੇ ਆਪਣੀ ਕਿੜ ਇਹ ਫਸ ਜਾਏਗਾ ਬੰਦਾ। ਅਸੀਂ ਇਹ ਵੀ ਕੰਮ ਨਹੀਂ ਕਰ ਸਕਦੇ। ਜੋ ਮੇਰੀ ਸਮਝ ਗੱਲ ਆ ਰਹੀ ਹੈ ਉਹ ਇੰਨੀ ਹੈ ਕਿ ਜਿਸ ਤਰ੍ਹਾਂ ਪਬਲਿਕ ਇੰਟਰਸਟ ਲਿਟੀਗੇਸ਼ਨ ਹੁੰਦੀ ਹੈ, ਮੈਂ ਇਹ ਚਾਹੁੰਦਾ ਹਾਂ ਕਿ ਜਦੋਂ ਵੀ ਕਿਸੇ ਚੈਨਲ ਦੇ ਉੱਤੇ ਜਾਂ ਜਦੋਂ ਵੀ ਕਿਸੇ ਇਲੈਕਟ੍ਰੋਨਿਕ ਮੀਡੀਆ ਉੱਤੇ ਕੋਈ ਇੱਦਾਂ ਦਾ ਗੀਤ ਚੱਲੇ, ਇੱਕ ਗਰੁੱਪ ਫੋਰਮ ਹੋਵੇ ਜਿਹੜਾ ਇਹਦੇ ਅਗੇਂਸਟ ਇਸ ਤਰ੍ਹਾਂ ਦੀ ਇੱਕ ਪਬਲਿਕ ਇੰਟਰਸਟ ਲਿਟੀਗੇਸ਼ਨ ਕਰੇ, ਔਰ ਉਦੋਂ ਉਹ ਗੀਤ ਬੰਦ ਹੋ ਜਾਏ ਜਦ ਤੱਕ ਉੱਥੋਂ ਕਲੀਅਰੈਂਸ ਨਹੀਂ ਲੈਂਦਾ, ਤਾਂ ਕਿ ਜਿਹੜਾ ਬੰਦਾ ਆਜ਼ਾਦੀ ਨਾਲ ਗਾਣਾ ਚਾਹ ਰਿਹਾ, ਕੁਛ ਕੰਮ ਨਵਾਂ ਕਰਨਾ ਚਾਹ ਰਿਹਾ, ਉਹ ਤਾਂ ਕਰੇ, ਨਹੀਂ ਤਾਂ ਤੁਹਾਡੇ ਸੰਗੀਤ ਮਰ ਜਾਏਗਾ। ਬਹੁਤੀਆਂ ਜਿਹੜੀਆਂ ਬੰਦਿਸ਼ਾਂ ਬਾਹਰ ਦੀਆਂ ਨੇ ਉਹ ਨਹੀਂ ਬਚਾ ਸਕਣਗੀਆਂ, ਲੇਕਿਨ ਜਿਹੜੀ ਖੁੱਲ ਅਸੀਂ ਲੈ ਗਏ ਹਾਂ ਇਹ ਜੰਗਲ ਹੈ। ਮੈਂ ਆਪਣੀ ਗੱਲ ਨੂੰ ਇੱਥੇ ਖਤਮ ਕਰਦਾ ਇਸ ਗੱਲ ਨੂੰ ਕਿ ਇੱਕ ਹੁੰਦਾ ਕੁਦਰਤੀ ਵਰਤਾਰਾ, ਕੁਦਰਤ ਸਾਨੂੰ ਕਹਿੰਦੀ ਕਿ ਅਸੀਂ ਰੋਟੀ ਖਾਣੀ, ਭੁੱਖ ਲੱਗਦੀ ਹੈ, ਇੱਕ ਅਸੀਂ ਸੱਭਿਆਚਾਰ ਨੇ ਸਾਨੂੰ ਹੁਣ ਤੱਕ ਸਿਖਾਇਆ ਕਿ ਰੋਟੀ ਖਾਣੀ ਕਿੱਦਾਂ, ਪਕਾਉਣੀ ਕਿੱਦਾਂ, ਪਰੋਸਣੀ ਕਿੱਦਾਂ, ਖਾਣੀ ਕਿੱਦਾਂ, ਚੱਪ ਚੱਪ ਕਿੰਨੀ ਕਰਨੀ ਹੈ, ਪਾਣੀ ਕਿੱਦਾਂ ਪੀਣਾ ਹੈਗਾ। ਜੇ ਅਸੀਂ ਉਸ ਭੁੱਖ ਦੇ ਨਾਂ ਦੇ ਉੱਤੇ ਆਪਣਾ ਸਾਰਾ ਸੱਭਿਆਚਾਰ ਰੋੜ ਦਿੱਤਾ, ਤੇ ਮੈਨੂੰ ਲੱਗਦਾ ਕਿ ਇਤਿਹਾਸ ਸਾਨੂੰ ਕਦੀ ਮਾਫ਼ ਨਹੀਂ ਕਰੇਗਾ। ਬਿਲਕੁਲ ਸਹੀ ਕਹਿ ਰਹੇ ਹੋ ਜੀ। ਅਮਰਦੀਪ ਜੀ, ਤੁਹਾਡੇ ਤੋਂ ਪੁੱਛਣਾ ਚਾਹਾਂਗੀ, ਤੁਹਾਡੇ ਕੋਲ ਡਿਮਾਂਡ ਆਉਂਦੀ ਹੋਣੀ ਹੈ ਸਿੰਗਰਸ ਕੋਲੋਂ ਤੇ ਪ੍ਰੋਡਿਊਸਰਸ ਕੋਲੋਂ ਗੀਤ ਲਿਖਣ ਦੀ, ਕਦੀ ਤੁਹਾਨੂੰ ਤੁਹਾਡੇ ਕੋਲ ਵੀ ਇਹੋ ਜਿਹੀਆਂ ਡਿਮਾਂਡਸ ਆਈਆਂ ਕਿ ਸਾਨੂੰ ਕੁਝ ਇਹੋ ਜਿਹਾ ਇੱਕ ਤੜਕਦਾ ਫੜਕਦਾ ਕੀ ਕਹਿੰਦੇ ਨੇ ਗਾਣਾ ਲਿਖ ਕੇ ਦਿਓ? ਮੈਂ ਐਕਚੁਅਲੀ ਸ਼ਾਇਦ ਪੰਜਾਬੀ ਦਾ ਇੱਕੋ ਇੱਕ ਹੀ ਇੱਦਾਂ ਦਾ ਗੀਤਕਾਰ ਹੋਊਗਾ ਜਿਹਦੇ ਕੋਲ ਡਿਮਾਂਡ ਨਹੀਂ ਆਉਂਦੀ। ਅੱਛਾ, ਉਹਦੇ ਪਿੱਛੇ ਵੀ ਕੋਈ ਰੀਜ਼ਨ ਹੋਏਗਾ? ਕਿਉਂਕਿ ਮੇਰੇ ਮੈਂ ਇੱਕ ਉਹੀ ਗੱਲ ਆ ਨਾ ਕਿ ਤੁਹਾਨੂੰ ਸਭ ਤੋਂ ਪਹਿਲਾਂ ਸਥਾਪਿਤ ਕਰਨੀ ਪੈਂਦੀ ਹੈ ਆਪਣੀ ਪਛਾਣ ਕਿ ਤੁਸੀਂ ਕੀ ਹੋ, ਹੈ ਨਾ। ਔਰ ਦੂਸਰੀ ਗੱਲ ਇਹ ਹੁੰਦੀ ਹੈ ਕਿ ਮੇਰੇ ਲਈ ਪੈਸਾ
कोई अहमियत नहीं रखता इस पेशे दे विच जो मैं काम कर रहा मेरा पेशा नहीं गा मेरा एक मिशन है कि मैं चंगा काम चंगे गायकां नूं पेश करना सुरीलियां नूं जिन्हां कोल पैसा है नहीं गा अपना गीतकारी आया पहला गीत मेरा आया कुड़िया तो कुड़िया ने कुड़िया का की है ये गल मैं मिथ के की क्योंकि जो साडे डाक्टर साहब वर्गे जेडे साडे विद्वान साडे वड्डे ने वह हमेशा ही गल जो करते पंजाबी गायकी या गीतकारी बारे वो कहते पाकिस्तानी बहुत अच्छे होंगे मेरे मन दे विच एक गल सी कि इस गल नू मैं अपने लैवल ते जिन्ना भी बदल सकदा मेरी मेरा मैं आपदा कर्म भूमि है ना जिहड़ी वो इन्नी गल नू इस गल दे विच विच ही मिथ ली कि मैं मिथ के काम हैगा जिहड़ा कीता बेशक इस गल ते भी अड गल हो सकदी है कि कला दे विच इदां कोई मिथ के काम नहीं हुंदा पर मैं इह गल नू कीता और एक दिन वह भी आया जो मेरा सिली सिली हवा पाकिस्तान दे विच हना नसीब ने गाया मैनू एक एक मैं अपने आप नू वड्या मैं अपने आप नू वड्या नहीं रहा मैं कह रहा कि काम अगर जो तुसी सोच के एक गल नू मिथ के कर दे हाँ पैसे लई नहीं कर दे हुण अज चाहे मेरा अमरिंदर ने गाया जे मिले ओ कुड़ी तो कदे कहना उसनू चाहे हंस भाजी ने गाया दुख बोल के जे दस्या तां की दस्या मेरी एक पछाण बन गई है ना सलीम ने होर सुरीले बंदिया ने गाए मैं एक गल कहना हुणा कि मैं सुरदा मारिया वै बंदा सुरीला सिंगर भवां जो मर्जी ले ले मैथों अपने हिंदी सिनेमा दे कोल बॉलीवुड है बंगाली सिनेमा दे कोल टॉलीवुड है मलयालम सिनेमा दे कोल मॉलीवुड है ते तमिल सिनेमा दे कोल चॉलीवुड है अपने कोल कोई वुड नहीं है नहीं हुण गवर्नमेंट ने अनाउंस कीता है मोहालीवुड बट की कहंदे ने फिल्म मेकर जिहड़े हैगे ने हुण मेरा सवाल इत्थे आंदा है कि पंजाब एक पंजाब दे विच जो पंजाबी जो कल्चर है इन्ना एक रिच कल्चर है जिन्हों बॉलीवुड बहुत सक्सेसफुल रही है कैश करन दे विच तुसी फिल्मां देख लो नमस्ते लंडन है अच्छा वीर जारा है जब वी मेट सिंह इज किंग अमला पगला दीवाना रीसेंट ते मोस्ट रीसेंटली जिहड़ी पटियाला हाउस ਉਹਨੂੰ ਤੁਸੀਂ ਬਿਨਾਂ ਦੇਖੇ ਹੀ ਜੇ ਤੁਸੀਂ ਪੰਜਾਬੀ ਮਿਊਜ਼ਿਕ ਸੁਣ ਲਿਆ ਤੁਸੀਂ ਦੇਖ ਲਿਆ ਕਿ ਇਹਦੇ 2-3 ਪੰਜਾਬੀ ਫੈਮਿਲੀਜ਼ ਦਿਖਾਈਆਂ ਨੇ ਸ਼ੋਰ ਸ਼ੋਰਟ ਹਿੱਟ ਹੈ ਬਟ ਉਸ ਚੀਜ਼ ਨੂੰ ਪੰਜਾਬੀ ਫਿਲਮ ਇੰਡਸਟਰੀ ਕੈਚ ਨਹੀਂ ਕਰ ਪਾਈ ਹੈ ਨਾ ਕਰ ਪਾ ਰਹੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਨਹੀਂ ਐਕਚੁਅਲੀ ਜੇ ਆਪਾਂ ਕਹੀਏ ਉਹ ਕੈਸ਼ ਕਰ ਰਹੇ ਆ ਉਹ ਪੰਜਾਬੀ ਕਲਚਰ 'ਚ ਇੰਨੀ ਰਿਚਨੈਸ ਹੈ ਇੱਥੇ ਦੇ ਲੋਕੇਲਸ ਔਰ ਜਿਸ ਜਿੱਦਾਂ ਦੇ ਹੀਰੋਇਜ਼ਮ ਅਸੀਂ ਬਾਲੀਵੁੱਡ 'ਚ ਦਿਖਾਉਂਦੇ ਹਾਂ ਉਹਨੂੰ ਜਦੋਂ ਓਵਰਬੋਰਡ ਜਾਂ ਓਵਰ ਪਲੇ ਕਰਨਾ ਹੋਵੇ ਤਾਂ ਪੰਜਾਬੀਜ਼ ਆਰ ਦਾ ਬੈਸਟ ਕਿ ਵੀ ਉਹ ਸਟੋਰੀ ਦੀ ਬੈਕਡ੍ਰੋਪ ਪੰਜਾਬੀ ਰੱਖ ਲਓ ਹੁਣ ਦੂਜੀ ਤਰਫ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਪੰਜਾਬੀ ਸਿਨੇਮੇ 'ਚ ਪ੍ਰੋਬਲਮ ਇਹ ਰਹੀ ਹੈ ਕਈ ਵਾਰੀ ਇਹ ਟਾਈਪ ਕਾਸਟ ਹੋਇਆ ਕਦੀ ਜੱਟਿਜ਼ਮ ਸ਼ੁਰੂ ਹੋ ਗਿਆ ਜੱਟਾਂ ਦੀਆਂ ਫਿਲਮਾਂ ਹੋ ਗਿਆ ਕਦੀ NRI ਜੋਨਰ ਸ਼ੁਰੂ ਹੋ ਗਏ ਉਹ ਮਤਲਬ ਬਾਲੀ ਕ੍ਰੀਏਟਿਵਿਟੀ ਨਹੀਂ ਹੈ ਇਸ ਵੇਲੇ ਟ੍ਰਾਈਂਗ ਦ ਸਕ੍ਰਿਪਟਸ ਐਨਆਰਆਈ ਜੋਨਰ ਜੋ ਸ਼ੁਰੂ ਹੋਇਆ ਸੀਗਾ ਉਦੋਂ ਇੱਕ ਦੋ ਫਿਲਮਾਂ ਅੱਛੀਆਂ ਆਈਆਂ ਉਹਨਾਂ ਦੇ ਬਿਜ਼ਨਸ ਵੀ ਅੱਛਾ ਕੀਤਾ ਬਟ ਉਹ ਰਿਪੀਟ ਹੁੰਦਾ ਰਿਹਾ ਉਹ ਥੀਮ ਰਿਪੀਟ ਹੁੰਦੇ ਰਹੇ ਉਹ ਰਿਪੀਟ ਹੋਣ ਕਰਕੇ ਇਹ ਨਹੀਂ ਹੈ ਕਿ ਪ੍ਰੋਡਕਟ ਅੱਛੇ ਨਹੀਂ ਸੀ ਬਟ ਆਡੀਅੰਸ ਜਿੱਦਾਂ ਹੁਣ ਬਾਲੀਵੁੱਡ ਜੇ ਪੰਜਾਬੀ ਫੈਮਿਲੀਸ ਨੂੰ ਲੈਂਦਾ ਹੈ ਉਹ ਵੱਡੇ ਵੱਡੇ ਸਟਾਰ ਪੰਜਾਬੀ ਬੋਲ ਰਹੇ ਆ ਜਾਂ ਉਹਨਾਂ ਦੀ ਮੇਕਿੰਗ ਰਿਚ ਹੁੰਦੀ ਹੈ ਬਟ ਸਿਮਿਲਰ ਕੰਟੈਂਟ ਜਦੋਂ ਇੱਥੇ ਅਸੀਂ ਅਟੈਂਪਟ ਕਰਦੇ ਹਾਂ ਉਹਦੇ 'ਚ ਇਹ ਬਾਲੀਵੁੱਡ ਵੇ ਜਾਣ ਦੀ ਕੋਸ਼ਿਸ਼ ਸਰਟੀਫਿਕੇਟ ਆਫ ਮੈਰਿਟ ਮਿਲੇ ਨੇ ਜਿਵੇਂ ਕਿ ਨਾਨਕ ਨਾਮ ਜਹਾਜ਼ ਹੈ ਸਤਲੁਜ ਤੇ ਕੰਢੇ ਬੈਸਟ ਫੀਚਰ ਫਿਲਮ ਅਵਾਰਡ ਮਿਲੇ ਨੇ ਚੰਨ ਪਰਦੇਸੀ ਮੜੀ ਦਾ ਦੀਵਾ ਕਚਹਿਰੀ ਮੈਂ ਮਾਂ ਪੰਜਾਬ ਦੀ ਸ਼ਹੀਦ ਦੇ ਮੁਹੱਬਤ ਸ਼ਹੀਦ ਊਧਮ ਸਿੰਘ ਅਤੇ ਦੇਸ਼ ਹੋਇਆ ਪਰਦੇਸ ਤੇ ਇਹ ਜਿਹਾ ਵੀ ਸਮਾਂ ਸੀਗਾ ਜਦੋਂ ਕਿ ਜਿਹੜੇ ਵੈਲ ਨੋਨ ਪੰਜਾਬੀ ਐਕਟਰਸ ਨੇ ਬਾਲੀਵੁੱਡ ਦੇ ਵਿੱਚ ਬੈਠੇ ਓਮ ਪੁਰੀ ਅਨੁਪਮ ਖੇਰ ਪ੍ਰੇਮ ਚੋਪੜਾ ਧਰਮਿੰਦਰ ਇਹਨਾਂ ਸਾਰਿਆਂ ਨੇ ਪੰਜਾਬੀ ਫਿਲਮਾਂ ਦੇ ਵਿੱਚ ਕਿਤੇ ਨਾ ਕਿਤੇ ਕੰਮ ਕੀਤਾ ਹੁਣ ਉਹਨਾਂ ਨੂੰ ਆਪਣੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਨੂੰ ਵਾਪਸ ਇੰਡਸਟਰੀ ਦੇ ਵਿੱਚ ਲਿਆਇਆ ਜਾਵੇ ਤੇ ਇਸ ਦੇ ਵਿੱਚ ਆਪਾਂ ਕਿੱਥੇ ਵੇਅਰ ਆਰ ਵੀ ਲੈਕਿੰਗ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਜਿਸ ਟਾਈਮ ਉਹਨਾਂ ਨੇ ਕੀਤਾ
ਜਿਹੜੇ ਹਿੰਦੀ ਤੁਸੀਂ ਐਕਟਰਾਂ ਦੇ ਨਾਮ ਲਏ, ਤੁਸੀਂ ਇੱਕ ਗੱਲ ਥੋੜਾ ਉਹਨਾਂ ਦੇ ਨਾਲ ਜੁੜੀ ਦੇਖੋ ਕਿ ਜਿਹੜੇ ਫਿਲਮ ਮੇਕਰ ਸੀ ਉਹ ਵੀ ਬੰਬੇ ਤੋਂ ਨੇ ਉਸ ਟਾਈਮ। ਇੱਕ ਇਹ ਪੱਖ ਆ ਕਿ ਹੁਣ ਜਿਹੜੀ ਪੰਜਾਬੀ ਫਿਲਮ ਇੰਡਸਟਰੀ ਆ ਉਹ ਪੰਜਾਬ ਤੋਂ ਮੂਵ ਕਰ ਰਹੀ। ਤੁਸੀਂ ਮੰਨੋਗੇ ਕਿ ਮੀਨਿੰਗਲੈਸ, ਇਟਸ ਨਾਟ ਅ ਮੀਨਿੰਗਫੁਲ ਸਿਨੇਮਾ ਜੋ ਪੰਜਾਬੀ ਸਿਨੇਮਾ? ਨਹੀਂ ਨਹੀਂ ਮੈਂ ਨਹੀਂ ਪੈਸਾ ਇਹ ਬਿਲਕੁਲ ਨਹੀਂ। ਪਹਿਲੀ ਗੱਲ ਬਿਲਕੁਲ ਨਹੀਂ ਹੁੰਦਾ ਸੀ ਕੈਸ਼ ਕਰਦਾ ਬਾਲੀਵੁੱਡ, ਬਾਲੀਵੁੱਡ ਸਭ ਦਿਖਾਉਂਦਾ ਸਾਨੂੰ ਕੈਸ਼ ਕਰਦੇ ਨੇ, ਪਰ ਦਿਖਾਉਂਦੇ ਕੀ ਹੈ? ਸਿੰਘ ਇਜ਼ ਕਿੰਗ ਦੇ ਵਿੱਚ ਜੋ ਸਿੰਘ ਦਿਖਾਏ ਨੇ ਕਿ ਇਸ ਤਰ੍ਹਾਂ ਦੇ ਹੁੰਦੇ ਨਮਸਤੇ ਲੱਡ ਜਿਵੇਂ ਪੰਜਾਬ, ਉਹ ਵੀ ਗੱਲ ਮੰਨਦਾ, ਉਹ ਵੀ ਗੱਲ ਮੰਨਦੇ, ਪਰ ਫਿਰ ਆਪਣੀ ਜ਼ਿੰਮੇਵਾਰੀ ਨਹੀਂ ਬਣਦੀ ਕਿ ਆਪਾਂ ਲੋਕਾਂ ਤੱਕ ਉਹਦਾ ਸਹੀ ਮੈਸੇਜ ਪਹੁੰਚਾਈਏ। ਉਹ ਪੰਜਾਬੀ ਕਲਚਰ ਨਹੀਂ, ਪੰਜਾਬੀ ਕਲਚਰ ਆ ਨਹੀਂ। ਤੁਸੀਂ ਹਸ਼ਰ ਫਿਲਮ ਦੇਖੋ, ਤੁਸੀਂ ਇੱਕ ਕੁੜੀ ਪੰਜਾਬ ਦੀ ਦੇਖੋ, ਮੁੰਡੇ ਯੂਕੇ ਦੇ ਦੇਖੋ, ਜਿੰਨੀਆਂ ਫਿਲਮਾਂ ਪਿੱਛੇ ਆਈਆਂ ਨੇ, ਗੁਰਦਾਸ ਮਾਨ ਦੀ ਸੁਖਮਨੀ ਦੇਖੋ, ਪੰਜਾਬੀ ਸਿਨੇਮਾ ਅੱਗੇ ਵਧ ਰਿਹਾ, ਨਵੇਂ ਨਵੇਂ ਪਾਸੇ ਜਾ ਰਿਹਾ। ਮੇਰਾ ਖਿਆਲ ਆ ਸਾਡੇ ਧਿਆਨ ਚ ਇਸ ਲਈ ਨਹੀਂ ਆ ਰਹੀ ਹੈਗੀ, ਪੰਜਾਬੀ ਜਿਹੜੀ ਫਿਲਮ ਹੈ ਉਸ ਦਾ ਜਿਹੜਾ ਖੇਤਰ ਹੈ ਉਹ ਸਿਰਫ ਪੰਜਾਬ ਹੈ। ਪੰਜਾਬੀ ਫਿਲਮ ਨੂੰ ਸਿਰਫ ਪੰਜਾਬੀ ਨੇ ਦੇਖਣਾ, ਜਦੋਂ ਕਿ ਹਿੰਦੀ ਫਿਲਮ ਦਾ ਖੇਤਰ ਜਿਹੜਾ ਉਹ ਸਾਰਾ ਹਿੰਦੁਸਤਾਨ ਹੈ, ਹਿੰਦੁਸਤਾਨ ਦੇ ਵਿੱਚ ਹਿੰਦੀ ਭਾਸ਼ਾ ਦਾ ਨਾ ਉਹਦਾ ਇਸੇ ਕਰਕੇ। ਪਰ ਅਜਿਹੀਆਂ ਫਿਲਮਾਂ ਵੀ ਆਈਆਂ ਸਨ ਜਿੱਥੇ 8 ਕਰੋੜ ਤੇ 5 ਕਰੋੜ ਦਾ ਬਜਟ ਰਿਹਾ ਫਿਲਮਾਂ ਦਾ। ਪੁੱਤ ਜੱਟਾਂ ਦੇ, ਸਰਪੰਚ ਲੰਬੜਦਾਰਨੀ ਤੇ ਜੱਟੀ, ਜਿਹੜੀਆਂ ਕਿ 10-10 ਲੱਖ ਦੇ ਵਿੱਚ ਬਣੀਆਂ ਤੇ ਉਹਨਾਂ ਨੇ 25-25 ਲੱਖ ਦਾ ਬਿਜ਼ਨਸ ਕੀਤਾ। ਪਰ ਉਹ ਕਲਾਕਾਰਾਂ ਨੂੰ ਪੈਸੇ ਵੀ ਨਹੀਂ ਮਿਲਦੇ ਸੀ, ਉਹਨਾਂ ਦੀ ਰੋਟੀ ਰੋਟੀ ਵੀ ਚੱਲਦੀ ਹੈ। ਇੱਕ ਹੋਰ ਗੱਲ ਦੱਸੋ ਵੀ ਬਾਲੀਵੁੱਡ ਨੇ ਸਾਨੂੰ ਬਹੁਤ ਕੱਟੇ ਜੀ, ਬਾਲੀਵੁੱਡ ਨੇ ਸਾਨੂੰ ਕੈਸ਼ ਕੀਤਾ ਪੰਜਾਬੀ ਕਲਚਰ ਨੂੰ। ਅੱਜ ਕਿਸੇ ਬਾਲੀਵੁੱਡ ਜਿਹੜੇ ਪੰਜਾਬੀ ਨੇ ਉੱਥੇ ਉਹਨਾਂ ਨੂੰ ਪੁੱਛੋ ਕਦੀ ਪੰਜਾਬੀ ਫਿਲਮ ਕਿਉਂ ਨਹੀਂ ਅਟੈਂਪਟ ਕਰਦੇ, ਹਿੰਦੀ ਚ ਕਿਉਂ ਪੰਜਾਬੀ ਕਲਚਰ ਨੂੰ ਯੂਜ਼ ਕਰਦੇ, ਉਹ ਸੀਮਿਤ ਦਾਇਰੇ ਔਰ ਸੀਮਿਤ ਬਜਟ ਚ ਕੰਮ ਕਰਨ, ਜਾਂ ਪੰਜਾਬੀ ਫਿਲਮ ਚ ਐਕਟ ਕਿਉਂ ਨਹੀਂ ਕਰਦੇ ਜੇ ਉਹ ਬਣਾਉਂਦੇ ਨਹੀਂ ਆ ਤਾਂ। ਸੋ ਆਈ ਥਿੰਕ ਇਸੇ ਸਵਾਲ ਉੱਤੇ ਅਸੀਂ ਇਸ ਡਿਸਕਸ਼ਨ ਨੂੰ ਇੱਥੇ ਖਤਮ ਕਰਦੇ ਹਾਂ। ਤੁਸੀਂ ਸਾਰੇ ਸਟੂਡੀਓ ਵਿੱਚ ਆਏ, ਉਹਦੇ ਲਈ ਬਹੁਤ ਬਹੁਤ ਧੰਨਵਾਦ। ਪੰਜਾਬੀ ਸੰਗੀਤ ਇੱਕ ਨਦੀ ਦੀ ਤਰ੍ਹਾਂ ਸਦੀਆਂ ਤੋਂ ਵਹਿੰਦਾ ਆਇਆ, ਇਸ ਉੱਤੇ ਸੂਫੀ ਸੰਤ ਵੀ ਝੂਮੇ ਅਤੇ ਪਿਆਰ ਦੇ ਤਰਾਨੇ ਵੀ ਬੁਣੇ ਗਏ, ਇਸ ਨੇ ਸਾਰਿਆਂ ਦੀ ਆਤਮਾ ਨੂੰ ਛੋਇਆ। ਉੱਥੇ ਹੀ ਪੰਜਾਬੀ ਫਿਲਮ ਇੰਡਸਟਰੀ ਵੀ ਕਦੇ ਪੰਜਾਬੀ ਸੰਸਕ੍ਰਿਤੀ ਦੀ ਝਲਕ ਦਿਖਾਉਂਦੀ ਸੀ, ਅੱਜ ਇਸ ਦੇ ਨਾਲ ਜੋ ਵੀ ਗਲਤ ਹੋ ਰਿਹਾ ਉਹ ਅਜਿਹਾ ਮੰਨੋ ਸਾਡੀ ਆਤਮਾ ਦੇ ਨਾਲ ਹੋ ਰਿਹਾ, ਅਤੇ ਆਪਣੀ ਆਤਮਾ ਨੂੰ ਸਾਫ਼ ਰੱਖਣ ਦੀ ਜ਼ਿੰਮੇਵਾਰੀ ਸਿਰਫ ਸਾਡੀ ਹੈ। ਇਸ ਦੇ ਨਾਲ ਹੀ ਅਸੀਂ ਅੱਜ ਦਾ ਪ੍ਰਾਈਮ ਇੱਥੇ ਹੀ ਖਤਮ ਕਰਦੇ ਹਾਂ, ਕੱਲ ਫਿਰ ਮਿਲਾਂਗੇ ਇੱਕ ਨਵੇਂ ਮੁੱਦੇ ਦੇ ਨਾਲ। ਨਮਸਕਾਰ, ਸਤਿ ਸ਼੍ਰੀ ਅਕਾਲ।